वाहिगुरु जी का खालसा वाहिगुरु जी की फतेह। दोस्तों प्रगट सिंह खालसा जी जिहड़े कि गुरु घर के वजीर हन ग्रंथी साहिबान हन, जिवें कि आप सबनों पता कि थोड़े दिन पहला जिहड़ी वीडियो इन्हां दी बहुत ज्यादा वायरल होई सी ते देख के बहुत ज्यादा दुख लगा ते आउदे ते संगत दे संयोग दे नाल ग्रंथी साहिबान नूं 70,000 रुपये जिहड़ी मदद आ, लख दे करीब जिहड़ी मदद आ ਉਹ ਅਸੀਂ ਕਰ ਰਹੇ ਹਾਂ। ਨਾ ਨਾ ਗ੍ਰੰਥੀ ਨਹੀਂ ਬਣਾਉਣਾ ਜੀ, ਕੋਈ ਹੋਰ ਕੰਮ ਕਰਾਵਾਂਗੇ। ਕਿਉਂ? ਕੋਈ ਗ੍ਰੰਥੀਆਂ ਦਾ ਕੋਈ ਹੈ ਨਹੀਂ, ਕੋਈ ਫਿਊਚਰ ਹੈ ਨਹੀਂ ਯਾਰ, ਕਿਉਂਕਿ ਇਹਨਾਂ ਕੋਲ ਆਪਣਾ ਘਰ ਵੀ ਨਹੀਂ ਆ। 55% ਜਿਹੜੇ ਆ ਉਹ ਪਾਈ ਜੀ ਆ, ਇਹਨਾਂ ਦਾ ਮੈਂ ਸਰਟੀਫਿਕੇਟ ਵੀ ਦੇਖਿਆ, ਕਿਰਾਏ ਤੇ ਰਹਿ ਰਿਹਾ ਤੇ ਆਪ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰ, ਜੇਕਰ ਆਪਾਂ ਰਲ ਮਿਲ ਕੇ ਇਸ ਗ੍ਰੰਥੀ ਸਾਹਿਬਾਨ ਦਾ ਘਰ ਬਣਾ ਕੇ ਦੇ। ਇਹ ਕਹਿੰਦੇ ਕਿ ਮੈਨੂੰ ਪੈਸੇ ਦੀ ਲੋੜ ਨਹੀਂ ਆ, ਮੈਨੂੰ ਪੈਸੇ ਦੀ ਲੋੜ ਨਹੀਂ ਆ, ਮੇਰਾ ਘਰ ਜਿਹੜਾ ਬਣਾ ਕੇ ਦਿੱਤਾ ਜਾਵੇ, ਮੇਰਾ ਪਰਿਵਾਰ ਜਿਹੜਾ ਆ ਉਹਦਾ, ਚਿੜੀਆਂ ਵੀ ਆਲਣੇ ਦੇ ਵਿੱਚ ਬਹਿੰਦੀਆਂ ਆਪਣੇ ਦੇ ਵਿੱਚ ਬਣਾ ਕੇ, ਜੇਕਰ ਮੇਰਾ ਘਰ ਬਣ ਜਾਂਦਾ ਨਾ ਤੇ ਅਸੀਂ ਜਿਹੜਾ ਪਰਿਵਾਰ ਆ, ਮੈਂ ਵੀ ਆਪਦੇ ਬੱਚੇ ਨੂੰ ਗ੍ਰੰਥੀ ਸਿੰਘ ਬਣਾ ਕੇ ਮੈਂ ਵੀ ਮਾਣ ਨਾਲ ਕਵਾਂਗੀ ਕਿ ਮੈਂ, ਮੇਰਾ ਪੁੱਤ ਗ੍ਰੰਥੀ ਸਿੰਘ ਆ ਤੇ ਮੈਂ ਵੀ ਗ੍ਰੰਥੀ ਸਿੰਘ ਆ, ਵੀ ਸਾਡੀ ਕੌਮ ਨੇ ਸਾਡੀ ਇੰਨੀ ਬਾਂਹ ਫੜੀ ਆ। ਇਸੇ ਕਰਕੇ ਹੱਥ ਜੋੜ ਕੇ ਸਾਰੀ ਸੰਗਤ ਨੂੰ ਬੇਨਤੀ ਕਿ ਇਸ ਗੁਰੂ ਦੇ ਸਿੱਖ ਦੀ ਆਪਾਂ ਵੱਧ ਤੋਂ ਵੱਧ ਮਦਦ ਕਰਨੀ ਆ। ਜੇਕਰ ਤੁਹਾਡੀ ਨਿਗਾਹ ਚ ਹੋਰ ਵੀ ਕੋਈ ਏਦਾਂ ਦਾ ਗ੍ਰੰਥੀ ਸਾਹਿਬਾਨ ਆਉਂਦਾ ਜਿਹੜਾ ਲੋੜਵੰਦ ਆ, ਸਾਡੇ ਨਾਲ ਸੰਪਰਕ ਕਰੋ। ਫਿਰੋਜ਼ਪੁਰੀਆ ਦਸਤਾਰ ਅਕੈਡਮੀ ਅੰਮ੍ਰਿਤਸਰ ਦੇ ਨਾਲ ਫਿਰੋਜ਼ਪੁਰੀਆ ਵੈਲਫੇਅਰ ਸੁਸਾਇਟੀ ਚਲਾ ਰਹੇ ਅੰਮ੍ਰਿਤਸਰ ਦੇ ਵਿੱਚ, ਨਾਲ ਹੀ ਤੁਹਾਨੂੰ ਨੰਬਰ ਜਿਹੜਾ ਮੈਂ ਦੱਸ ਰਿਹਾ 9027400004 9027404 ਇਹ ਦਾਸ ਦਾ ਨੰਬਰ ਆ। ਕਦੇ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਗ੍ਰੰਥੀ ਸਾਹਿਬਾਨ ਨੂੰ ਲੋੜ ਪੈਂਦੀ ਆ, ਤੁਸੀਂ ਦਾਸ ਨੂੰ ਸੇਵਾ ਦਾ ਮੌਕਾ ਦਿਓ ਤੇ ਗੁਰੂ ਸਾਹਿਬ ਸਾਡੇ ਤੋਂ ਸੇਵਾ ਲੈਣ ਤੇ ਅਸੀਂ ਆਪਦੇ ਆਪ ਨੂੰ ਬਹੁਤ ਵਡਭਾਗੀ ਸਮਝਾਂਗੇ। ਤੇ ਸਾਰੀ ਸੰਗਤ NRI ਵੀਰਾਂ ਦਾ, ਸਾਰਿਆਂ ਦਾ ਬਹੁਤ ਦਿਲ ਦੀਆਂ ਗਹਿਰਾਈਆਂ ਚ ਧੰਨਵਾਦ, ਜਿਹੜੇ ਇਸ ਤਰ੍ਹਾਂ ਲੋੜਵੰਦਾਂ ਦੀ ਬਾਂਹ ਫੜਦੇ ਆ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਆਰ ਸ੍ਰੀ ਅਕਾਲ। ਇਸ ਗੁਰੂ ਦੇ ਸਿੱਖ ਦੀ ਆਪਾਂ ਵੱਧ ਤੋਂ ਵੱਧ ਮਦਦ ਕਰਨੀ ਆ। ਜੇਕਰ ਤੁਹਾਡੀ ਨਿਗਾਹ ਚ ਹੋਰ ਵੀ ਕੋਈ ਏਦਾਂ ਦਾ ਗ੍ਰੰਥੀ ਸਾਹਿਬਾਨ ਆਉਂਦਾ ਜਿਹੜਾ ਲੋੜਵੰਦ ਆ, ਸਾਡੇ ਨਾਲ ਸੰਪਰਕ ਕਰੋ। ਬੋਲੇ ਸੋਨਿਆਰ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਪ੍ਰਗਟ ਸਿੰਘ ਖਾਲਸਾ ਜੀ ਜਿਹੜੇ ਕਿ ਗੁਰੂ ਘਰ ਦੇ ਵਜ਼ੀਰ ਹਨ ਗ੍ਰੰਥੀ ਸਾਹਿਬਾਨ ਹਨ, ਜਿਵੇਂ ਕਿ ਆਪ ਸਭ ਨੂੰ ਪਤਾ ਕਿ ਥੋੜੇ ਦਿਨ ਪਹਿਲਾਂ ਜਿਹੜੀ ਵੀਡੀਓ ਇਹਨਾਂ ਦੀ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਤੇ ਦੇਖ ਕੇ ਬਹੁਤ ਜ਼ਿਆਦਾ ਦੁੱਖ ਲੱਗਾ ਤੇ ਆਪਦੇ ਤੇ ਸੰਗਤ ਦੇ ਸੰਯੋਗ ਦੇ ਨਾਲ ਗ੍ਰੰਥੀ ਸਾਹਿਬਾਨ ਨੂੰ 70,000 ਰੁਪਏ ਜਿਹੜੀ ਮਦਦ ਆ, ਲੱਖ ਦੇ ਕਰੀਬ ਜਿਹੜੀ ਮਦਦ ਆ ਉਹ ਅਸੀਂ ਕਰ ਰਹੇ ਹਾਂ। ਨਾ ਨਾ ਗ੍ਰੰਥੀ ਨਹੀਂ ਬਣਾਉਣਾ ਜੀ, ਕੋਈ ਹੋਰ ਕੰਮ ਕਰਾਵਾਂਗੇ। ਕਿਉਂ? ਕੋਈ ਗ੍ਰੰਥੀਆਂ ਦਾ ਕੋਈ ਹੈ ਨਹੀਂ, ਕੋਈ ਫਿਊਚਰ ਹੈ ਨਹੀਂ ਯਾਰ, ਕਿਉਂਕਿ ਇਹਨਾਂ ਕੋਲ ਆਪਣਾ ਘਰ ਵੀ ਨਹੀਂ ਆ। 55% ਜਿਹੜੇ ਆ ਉਹ ਪਾਈ ਜੀ ਆ, ਇਹਨਾਂ ਦਾ ਮੈਂ ਸਰਟੀਫਿਕੇਟ ਵੀ ਦੇਖਿਆ, ਕਿਰਾਏ ਤੇ ਰਹਿ ਰਿਹਾ ਤੇ ਆਪ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰ, ਜੇਕਰ ਆਪਾਂ ਰਲ ਮਿਲ ਕੇ ਇਸ ਗ੍ਰੰਥੀ ਸਾਹਿਬਾਨ ਦਾ ਘਰ ਬਣਾ ਕੇ ਦੇ। ਇਹ ਕਹਿੰਦੇ ਕਿ ਮੈਨੂੰ ਪੈਸੇ ਦੀ ਲੋੜ ਨਹੀਂ ਆ, ਮੈਨੂੰ ਪੈਸੇ ਦੀ ਲੋੜ ਨਹੀਂ ਆ, ਮੇਰਾ ਘਰ ਜਿਹੜਾ ਬਣਾ ਕੇ ਦਿੱਤਾ ਜਾਵੇ, ਮੇਰਾ ਪਰਿਵਾਰ ਜਿਹੜਾ ਆ ਉਹਦਾ, ਚਿੜੀਆਂ ਵੀ ਆਲਣੇ ਦੇ ਵਿੱਚ ਬਹਿੰਦੀਆਂ ਆਪਣੇ ਦੇ ਵਿੱਚ ਬਣਾ ਕੇ, ਜੇਕਰ ਮੇਰਾ ਘਰ ਬਣ ਜਾਂਦਾ ਨਾ ਤੇ ਅਸੀਂ ਜਿਹੜਾ ਪਰਿਵਾਰ ਆ, ਮੈਂ ਵੀ ਆਪਦੇ ਬੱਚੇ ਨੂੰ ਗ੍ਰੰਥੀ ਸਿੰਘ ਬਣਾ ਕੇ, ਮੈਂ ਵੀ ਮਾਣ ਨਾਲ ਕਵਾਂਗੀ ਕਿ ਮੈਂ, ਮੇਰਾ ਪੁੱਤ ਗ੍ਰੰਥੀ ਸਿੰਘ ਆ ਤੇ ਮੈਂ ਵੀ ਗ੍ਰੰਥੀ ਸਿੰਘ ਆ, ਵੀ ਸਾਡੀ ਕੌਮ ਨੇ ਸਾਡੀ ਇੰਨੀ ਬਾਂਹ ਫੜੀ ਆ। ਇਸੇ ਕਰਕੇ ਹੱਥ ਜੋੜ ਕੇ ਸਾਰੀ ਸੰਗਤ ਨੂੰ ਬੇਨਤੀ ਕਿ ਇਸ ਗੁਰੂ ਦੇ ਸਿੱਖ ਦੀ ਆਪਾਂ ਵੱਧ ਤੋਂ ਵੱਧ ਮਦਦ ਕਰਨੀ ਆ। ਜੇਕਰ ਤੁਹਾਡੀ ਨਿਗਾਹ ਚ ਹੋਰ ਵੀ ਕੋਈ ਏਦਾਂ ਦਾ ਗ੍ਰੰਥੀ ਸਾਹਿਬਾਨ ਆਉਂਦਾ ਜਿਹੜਾ ਲੋੜਵੰਦ ਆ, ਸਾਡੇ ਨਾਲ ਸੰਪਰਕ ਕਰੋ। ਫਿਰੋਜ਼ਪੁਰੀਆ ਦਸਤਾਰ ਅਕੈਡਮੀ ਅੰਮ੍ਰਿਤਸਰ ਦੇ ਨਾਲ ਫਿਰੋਜ਼ਪੁਰੀਆ ਵੈਲਫੇਅਰ ਸੁਸਾਇਟੀ ਚਲਾ ਰਹੇ ਅੰਮ੍ਰਿਤਸਰ ਦੇ ਵਿੱਚ, ਨਾਲ ਹੀ ਤੁਹਾਨੂੰ ਨੰਬਰ ਜਿਹੜਾ ਮੈਂ ਦੱਸ ਰਿਹਾ 9027400004 9027404 ਇਹ ਦਾਸ ਦਾ ਨੰਬਰ ਆ। ਕਦੇ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਗ੍ਰੰਥੀ ਸਾਹਿਬਾਨ ਨੂੰ ਲੋੜ ਪੈਂਦੀ ਆ, ਤੁਸੀਂ ਦਾਸ ਨੂੰ ਸੇਵਾ ਦਾ ਮੌਕਾ ਦਿਓ ਤੇ ਗੁਰੂ ਸਾਹਿਬ ਸਾਡੇ ਤੋਂ ਸੇਵਾ ਲੈਣ ਤੇ ਅਸੀਂ ਆਪਦੇ ਆਪ ਨੂੰ ਬਹੁਤ ਵਡਭਾਗੀ ਸਮਝਾਂਗੇ। ਤੇ ਸਾਰੀ ਸੰਗਤ NRI ਵੀਰਾਂ ਦਾ, ਸਾਰਿਆਂ ਦਾ ਬਹੁਤ ਦਿਲ ਦੀਆਂ ਗਹਿਰਾਈਆਂ ਚ ਧੰਨਵਾਦ, ਜਿਹੜੇ ਇਸ ਤਰ੍ਹਾਂ ਲੋੜਵੰਦਾਂ ਦੀ ਬਾਂਹ ਫੜਦੇ ਆ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਆਰ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਪ੍ਰਗਟ ਸਿੰਘ ਖਾਲਸਾ ਜੀ ਜਿਹੜੇ ਕਿ ਗੁਰੂ ਘਰ ਦੇ ਵਜ਼ੀਰ ਹਨ ਗ੍ਰੰਥੀ ਸਾਹਿਬਾਨ ਹਨ, ਜਿਵੇਂ ਕਿ ਆਪ ਸਭ ਨੂੰ ਪਤਾ ਕਿ ਥੋੜੇ ਦਿਨ ਪਹਿਲਾਂ ਜਿਹੜੀ ਵੀਡੀਓ ਇਹਨਾਂ ਦੀ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਤੇ ਦੇਖ ਕੇ ਬਹੁਤ ਜ਼ਿਆਦਾ ਦੁੱਖ ਲੱਗਾ ਤੇ ਆਪਦੇ ਤੇ ਸੰਗਤ ਦੇ ਸੰਯੋਗ ਦੇ ਨਾਲ ਗ੍ਰੰਥੀ ਸਾਹਿਬਾਨ ਨੂੰ 70,000 ਰੁਪਏ ਜਿਹੜੀ ਮਦਦ ਆ, ਲੱਖ ਦੇ ਕਰੀਬ ਜਿਹੜੀ ਮਦਦ ਆ ਉਹ ਅਸੀਂ ਕਰ ਰਹੇ ਹਾਂ। ਨਾ ਨਾ ਗ੍ਰੰਥੀ ਨਹੀਂ ਬਣਾਉਣਾ ਜੀ, ਕੋਈ ਹੋਰ ਕੰਮ ਕਰਾਵਾਂਗੇ। ਕਿਉਂ? ਕੋਈ ਗ੍ਰੰਥੀਆਂ ਦਾ ਕੋਈ ਹੈ ਨਹੀਂ, ਕੋਈ ਫਿਊਚਰ ਹੈ ਨਹੀਂ ਯਾਰ, ਕਿਉਂਕਿ ਇਹਨਾਂ ਕੋਲ ਆਪਣਾ ਘਰ ਵੀ ਨਹੀਂ ਆ। 55% ਜਿਹੜੇ ਆ ਉਹ ਪਾਈ ਜੀ ਆ, ਇਹਨਾਂ ਦਾ ਮੈਂ ਸਰਟੀਫਿਕੇਟ ਵੀ ਦੇਖਿਆ, ਕਿਰਾਏ ਤੇ ਰਹਿ ਰਿਹਾ ਤੇ ਆਪ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰ, ਜੇਕਰ ਆਪਾਂ ਰਲ ਮਿਲ ਕੇ ਇਸ ਗ੍ਰੰਥੀ ਸਾਹਿਬਾਨ ਦਾ ਘਰ ਬਣਾ ਕੇ ਦੇ। ਇਹ ਕਹਿੰਦੇ ਕਿ ਮੈਨੂੰ ਪੈਸੇ ਦੀ ਲੋੜ ਨਹੀਂ ਆ, ਮੈਨੂੰ ਪੈਸੇ ਦੀ ਲੋੜ ਨਹੀਂ ਆ, ਮੇਰਾ ਘਰ ਜਿਹੜਾ ਬਣਾ ਕੇ ਦਿੱਤਾ ਜਾਵੇ, ਮੇਰਾ ਪਰਿਵਾਰ ਜਿਹੜਾ ਆ ਉਹਦਾ, ਚਿੜੀਆਂ ਵੀ ਆਲਣੇ ਦੇ ਵਿੱਚ ਬਹਿੰਦੀਆਂ ਆਪਣੇ ਦੇ ਵਿੱਚ ਬਣਾ ਕੇ, ਜੇਕਰ ਮੇਰਾ ਘਰ ਬਣ ਜਾਂਦਾ ਨਾ ਤੇ ਅਸੀਂ ਜਿਹੜਾ ਪਰਿਵਾਰ ਆ,
मैं भी आदे बच्चे नू ग्रंथी सिंह बना के मैं भी माण नाल कहां कि मैं मेरा पुत ग्रंथी सिंह आ ते मैं भी ग्रंथी सिंह आ साडी कौम ने साडी इन्नी बाह फड़ी आ इसे करके हाथ जोड़ के सारी संगत नू बेनती कि इस गुरु दे सिख दी आपां वध तों वध मदद करनी आ जेकर तुहाडी निगाह च होर भी कोई एदां दा ग्रंथी साहिबान आउंदा जिहड़ा लोड़वंद आ साडे नाल संपर्क करो फिरोजपुरिया दस्तार अकैडमी अमृतसर दे नाल फिरोजपुरिया वेलफेयर सोसायटी चला रहे अमृतसर दे विच नाल ही तुहानू नंबर जिहड़ा मैं दस रहा 9027400004 9274404 यह दास का नंबर है कदे भी तुहानू किसी तरह की ग्रंथी साहिबान नू लोड़ पैंदी आ तुसीं दास नू सेवा दा मौका दिओ ते गुरु साहिब साडे तों सेवा लैण ते असीं आपदे आप नू बहुत वडभागी समझांगे ते सारी संगत NRI वीरां दा सारयां दा बहुत दिल दीआं गहराईआं च धन्नवाद ਜਿਹੜੇ ਇਸ ਤਰ੍ਹਾਂ ਲੋੜਵੰਦਾਂ ਦੀ ਬਾਂਹ ਫੜਦੇ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫੁੱਲੇ ਸੋਨਿਆਰ ਇਸ ਗੁਰੂ ਦੇ ਸਿੱਖ ਦੀ ਆਪਾਂ ਵੱਧ ਤੋਂ ਵੱਧ ਮਦਦ ਕਰਨੀ ਆ ਜੇਕਰ ਤੁਹਾਡੀ ਨਿਗਾਹ ਚ ਹੋਰ ਵੀ ਕੋਈ ਏਦਾਂ ਦਾ ਗ੍ਰੰਥੀ ਸਾਹਿਬਾਨ ਆਉਂਦਾ ਜਿਹੜਾ ਲੋੜਵੰਦ ਆ ਸਾਡੇ ਨਾਲ ਸੰਪਰਕ ਕਰੋ ਫੁੱਲੇ ਸੋਨਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪ੍ਰਗਟ ਸਿੰਘ ਖਾਲਸਾ ਜੀ ਜਿਹੜੇ ਕਿ ਗੁਰੂ ਘਰ ਦੇ ਵਜ਼ੀਰ ਹਨ ਗ੍ਰੰਥੀ ਸਾਹਿਬਾਨ ਹਨ ਜਿਵੇਂ ਕਿ ਆਪ ਸਭ ਨੂੰ ਪਤਾ ਕਿ ਥੋੜੇ ਦਿਨ ਪਹਿਲਾਂ ਜਿਹੜੀ ਵੀਡੀਓ ਇਹਨਾਂ ਦੀ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਤੇ ਦੇਖ ਕੇ ਬਹੁਤ ਜ਼ਿਆਦਾ ਦੁੱਖ ਲੱਗਾ ਤੇ ਆਪਦੇ ਤੇ ਸੰਗਤ ਦੇ ਸਹਿਯੋਗ ਦੇ ਨਾਲ ਗ੍ਰੰਥੀ ਸਾਹਿਬਾਨ ਨੂੰ ਸਾਡੇ ਤੋਂ 70,000 ਰੁਪਏ ਜਿਹੜੀ ਮਦਦ ਆ ਲੱਖ ਦੇ ਕਰੀਬ ਜਿਹੜੀ ਮਦਦ ਆ ਉਹ ਅਸੀਂ ਕਰ ਰਹੇ ਹਾਂ ਨਾ ਨਾ ਗ੍ਰੰਥੀ ਨਹੀਂ ਬਣਾਉਣਾ ਜੀ ਕੋਈ ਹੋਰ ਕੰਮ ਕਰਾਵਾਂਗੇ ਕਿਉਂ ਕੋਈ ਗ੍ਰੰਥੀਆਂ ਦਾ ਕੋਈ ਹੈ ਨਹੀਂ ਕੋਈ ਫਿਊਚਰ ਹੈ ਨਹੀਂ ਆ ਕਿਉਂਕਿ ਇਹਨਾਂ ਕੋਲ ਆਪਣਾ ਘਰ ਵੀ ਨਹੀਂ ਆ 55% ਜਿਹੜੇ ਆ ਉਹ ਪਾਈ ਜਾ ਇਹਨਾਂ ਦਾ ਮੈਂ ਸਰਟੀਫਿਕੇਟ ਵੀ ਦੇਖਿਆ ਕਿਰਾਏ ਤੇ ਰਹਿ ਰਿਹਾ ਤੇ ਆਪ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰ ਜੇਕਰ ਆਪਾਂ ਰਲ ਮਿਲ ਕੇ ਇਸ ਗ੍ਰੰਥੀ ਸਾਹਿਬਾਨ ਦਾ ਘਰ ਬਣਾ ਕੇ ਦੇ ਇਹ ਕਹਿੰਦੇ ਕਿ ਮੈਨੂੰ ਪੈਸੇ ਦੀ ਲੋੜ ਨਹੀਂ ਆ ਮੈਨੂੰ ਪੈਸੇ ਦੀ ਲੋੜ ਨਹੀਂ ਆ ਮੇਰਾ ਘਰ ਜਿਹੜਾ ਬਣਾ ਕੇ ਦਿੱਤਾ ਜਾਵੇ ਮੇਰਾ ਪਰਿਵਾਰ ਜਿਹੜਾ ਆ ਉਹਦਾ ਚਿੜੀਆਂ ਵੀ ਆਲਣੇ ਦੇ ਵਿੱਚ ਬਹਿੰਦੀਆਂ ਆਪਣੇ ਦੇ ਵਿੱਚ ਬਣਾ ਕੇ ਜੇਕਰ ਮੇਰਾ ਘਰ ਬਣ ਜਾਂਦਾ ਨਾ ਤੇ ਅਸੀਂ ਜਿਹੜਾ ਪਰਿਵਾਰ ਆ ਮੈਂ ਵੀ ਆਪਦੇ ਬੱਚੇ ਨੂੰ ਗ੍ਰੰਥੀ ਸਿੰਘ ਬਣਾ ਕੇ ਮੈਂ ਵੀ ਮਾਣ ਨਾਲ ਕਹਾਂਗੀ ਕਿ ਮੈਂ ਮੇਰਾ ਪੁੱਤ ਗ੍ਰੰਥੀ ਸਿੰਘ ਆ ਤੇ ਮੈਂ ਵੀ ਗ੍ਰੰਥੀ ਸਿੰਘ ਆ ਵੀ ਸਾਡੀ ਕੌਮ ਨੇ ਸਾਡੀ ਇੰਨੀ ਬਾਂਹ ਫੜੀ ਆ ਇਸੇ ਕਰਕੇ ਹੱਥ ਜੋੜ ਕੇ ਸਾਰੀ ਸੰਗਤ ਨੂੰ ਬੇਨਤੀ ਕਿ ਇਸ ਗੁਰੂ ਦੇ ਸਿੱਖ ਦੀ ਆਪਾਂ ਵੱਧ ਤੋਂ ਵੱਧ ਮਦਦ ਕਰਨੀ ਆ ਜੇਕਰ ਤੁਹਾਡੀ ਨਿਗਾਹ ਚ ਹੋਰ ਵੀ ਕੋਈ ਏਦਾਂ ਦਾ ਗ੍ਰੰਥੀ ਸਾਹਿਬਾਨ ਆਉਂਦਾ ਜਿਹੜਾ ਲੋੜਵੰਦ ਆ ਸਾਡੇ ਨਾਲ ਸੰਪਰਕ ਕਰੋ ਫਿਰੋਜਪੁਰੀਆ ਦਸਤਾਰ ਅਕੈਡਮੀ ਅੰਮ੍ਰਿਤਸਰ ਦੇ ਨਾਲ ਫਿਰੋਜਪੁਰੀਆ ਵੈਲਫੇਅਰ ਸੋਸਾਇਟੀ ਚਲਾ ਰਹੇ ਅੰਮ੍ਰਿਤਸਰ ਦੇ ਵਿੱਚ ਨਾਲ ਹੀ ਤੁਹਾਨੂੰ ਨੰਬਰ ਜਿਹੜਾ ਮੈਂ ਦੱਸ ਰਿਹਾ 9027400004 9274404 ਇਹ ਦਾਸ ਦਾ ਨੰਬਰ ਹੈ ਕਦੇ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਗ੍ਰੰਥੀ ਸਾਹਿਬਾਨ ਨੂੰ ਲੋੜ ਪੈਂਦੀ ਆ ਤੁਸੀਂ ਦਾਸ ਨੂੰ ਸੇਵਾ ਦਾ ਮੌਕਾ ਦਿਓ ਤੇ ਗੁਰੂ ਸਾਹਿਬ ਸਾਡੇ ਤੋਂ ਸੇਵਾ ਲੈਣ ਤੇ ਅਸੀਂ ਆਪਦੇ ਆਪ ਨੂੰ ਬਹੁਤ ਵਡਭਾਗੀ ਸਮਝਾਂਗੇ ਤੇ ਸਾਰੀ ਸੰਗਤ NRI ਵੀਰਾਂ ਦਾ ਸਾਰਿਆਂ ਦਾ ਬਹੁਤ ਦਿਲ ਦੀਆਂ ਗਹਿਰਾਈਆਂ ਚ ਧੰਨਵਾਦ ਜਿਹੜੇ ਇਸ ਤਰ੍ਹਾਂ ਲੋੜਵੰਦਾਂ ਦੀ ਬਾਂਹ ਫੜਦੇ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫੁੱਲੇ ਸੋਨਿਆਰ ਸ੍ਰੀ ਅਕਾਲ।